ਗੱਲ ਇਹ ਵੀ ਡੀ ਸਾਹਿਬ ਨੇ ਮੀਟਿੰਗ ਬੁਲਾਈ ਸੀ ਕੁਝ ਦਿਨ 15 ਦਿਨ ਪਹਿਲਾਂ, ਉਹਦੇ ਵਿੱਚ ਸਭ ਨੇ ਇਹ ਗੱਲ ਕੀਤੀ ਸੀ ਇੱਕ ਤੋਲੇ 31 ਵਾਰਡਾਂ ਦੇ ਸਾਰਿਆਂ ਦੇ ਸੀਵਰੇਜ ਵਾਟਰ ਵਾਸਤੇ ਕੰਮ ਪਾ ਦਿਉ ਸਾਰੀ ਐਮਸੀ ਦਾ। ਚਲੋ ਮਾਂ ਜੋ ਡੀ ਸਾਹਿਬ ਨੇ ਮੀਟਿੰਗ ਵਿੱਚ ਜਦੋਂ ਗੱਲ ਕੀਤੀ ਸੀ ਸਾਰੇ ਐਮਸੀ ਸਾਹਿਬਾਨ ਨੇ ਆਪਦੇ ਦੇ ਕੰਮ ਐਸਟੀਮੇਟ ਵਾਸਤੇ ਪਬਲਿਕ ਹੈਲਥ ਭੇਜਦੇ, ਪਬਲਿਕ ਹੈਲਥ 'ਚੋਂ ਪੈਸੇ ਜਿਹੜੇ ਬਣ ਕੇ ਨਾ ਉਹਨਾਂ ਨੇ ਤਕਰੀਬਨ 18-19 ਕਰੋੜ ਦਾ ਐਸਟੀਮੇਟ ਬਣਾ ਕੇ ਅਤੇ ਭੇਜਤਾ ਦਫ਼ਤਰ 'ਚ, ਡੀ ਸਾਹਿਬ ਦਫ਼ਤਰ 'ਚ। ਹੁਣ ਉਹ ਉੱਥੇ ਜਦੋਂ ਡੀ ਸੀ ਬਾਅਦ 'ਚ ਉਹਨਾਂ ਨੇ ਕੋਈ ਮੀਟਿੰਗ ਐਸ ਡੀ ਐਮ ਸਾਹਿਬ ਕੋਲ ਕੋਈ ਮੀਟਿੰਗ ਹੋਈ ਆ, ਉਹਨਾਂ ਨੇ ਐਮਸੀਆਂ ਦੇ ਕੰਮ ਕੱਟ ਕੇ ਅਤੇ ਲਿਸਟ ਭੇਜਤੀ। ਬਟ ਮੈਂ ਚਾਹੁੰਦਾ ਵੀ ਜਿਹੜੇ ਵੀ ਕੰਮ ਜ਼ਿਆਦਾ ਉਹ ਤੋਂ ਮੀਟਿੰਗ ਨਾ ਹੁੰਦੀ, ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਕਿਹਾ ਹੀ ਗਿਆ ਜੀ ਐਮਸੀਆਂ ਦੇ ਕੰਮ ਪਾਏ ਜਾਣ। ਮੈਂ ਚਾਹੁੰਦਾ ਵੀ ਸਾਰੇ ਕੰਮ ਪੈ ਕੇ ਜਦੋਂ ਸਾਰੇ ਕੰਮ ਹੋ ਜਾਣ, ਕਿਉਂਕਿ ਐਮਸੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨਾਲ ਹੀ ਸਾਡਾ ਸਾਰੀ ਕਮੇਟੀ ਚੱਲੀ ਜਾਂਦੀ। ਮੇਰੀ ਦਿਲੋਂ ਇੱਛਾ ਵੀ ਉਹ ਸਾਰੇ ਐਮਸੀ ਦੇ ਕੰਮ ਹੋਣ ਅਤੇ ਫਿਰ ਅਸੀਂ ਮੀਟਿੰਗ ਰੱਖਾਂ ਜਦੋਂ ਪਾਸ ਕਰਨ। ਇਹ ਤਾਂ ਦੇਖੋ ਮੇਰੀ ਗੱਲ ਸੁਣੋ, ਮੇਰੀ ਰਸਤੇ ਕੰਮ ਜਦੋਂ ਐਸ ਡੀ ਐਮ ਸਾਹਿਬ ਨੇ ਮੀਟਿੰਗ ਕੀਤੀ ਹੈ ਜੀ, ਸਾਡੇ ਹੁਣ ਪਹਿਲਾਂ 8 ਕਰੋੜ ਦੇ ਕੰਮ ਪਹਿਲਾਂ ਟੈਂਡਰ ਹੋਏ ਵੇ, 3 ਵਾਰੀ ਕੈਂਸਲ ਕੀਤੇ ਗਏ ਸਰਕਾਰ 'ਚ। ਹੋਰ ਕੰਮ ਅਸੀਂ ਕਹਿੰਦੇ ਲਾਉਂਦੇ ਕਿਉਂ ਨਹੀਂ ਆ, ਟੈਂਡਰ ਲਾਉਣ। ਮੈਂ ਤਾਂ ਖੁਸ਼ੀ ਹੈ ਉਹ ਟੈਂਡਰ ਲਾ ਜਾਏ, ਕੰਮ ਹੋਣ ਸਾਰੇ ਐਮਸੀਆਂ ਦੇ। ਅਸੀਂ ਤਾਂ ਉਸ ਚੱਕਰ 'ਚ ਵੀ ਇਹ ਕੰਮ ਸਾਰੇ ਹੋ ਜਾਣ, ਮੈਂ ਵੀ ਕਹਿੰਦਾ ਵੀ ਸਾਰੇ ਸਾਰੇ ਐਮਸੀਆਂ ਦੇ ਕੰਮ ਹੋਣੇ ਚਾਹੀਦੇ ਆ। ਕੋਈ ਸਾਡੇ 'ਚ ਹੁਣ ਬੈਠੇ, ਬਾਬਾ ਜੀ ਬੈਠੇ, ਸਾਰੇ ਬੈਠੇ, ਮੈਂ ਨਾਲ ਹੀ ਬੈਠੇ, ਕੋਈ ਚੱਕਰ ਨਹੀਂ ਸਾਡੇ ਫਰਕ। ਪਹਿਲਾਂ ਤਾਂ 3 ਵਾਰੀ ਕੈਂਸਲ ਹੋਏਗੀ, 8 ਕਰੋੜ ਤਕਰੀਬਨ 7-8 ਕਰੋੜ ਟੈਂਡਰ, 3 ਵਾਰੀ ਕੈਂਸਲ ਹੋਏ ਇਸ ਤੋਂ ਬਾਅਦ। ਔਰ ਹੁਣ ਆਹ ਜਿਹੜਾ ਨਵੀਂ, ਜਦੋਂ ਅਸੀਂ ਕਿਹਾ ਵੀ ਸਾਨੂੰ 1 ਤੋਂ 31 ਵਾਰਾਂ ਦੇ ਕੰਮ, ਬੜੀ ਸਹਿਮਤੀ ਨਾਲ ਬੜੀ ਅੱਛੀ ਮੀਟਿੰਗ ਹੋਈ ਸੀ ਡੀ ਸਾਹਿਬ ਨੇ ਕੀਤੀ ਸੀ, ਹੁਣ ਉਹ ਤੋਂ ਬਾਅਦ ਫਿਰ ਕੰਮ ਕੱਟੇ। ਇਹ ਕਿਉਂ ਕੱਟੇ ਗਏ, ਕਿਵੇਂ ਕੱਟੇ ਗਏ ਸਾਨੂੰ ਇਸ ਵਾਰ, ਹਾਂ ਮੈਨੂੰ ਨਹੀਂ ਪਤਾ ਕਿਉਂ ਕੱਟੇ ਗਏ, ਕਿਸ ਕੀ ਕਾਰਨ, ਇਹ ਕੀ ਪਤਾ ਮੈਨੂੰ। ਆਪਾਂ ਨੂੰ ਇਸ ਤਰ੍ਹਾਂ ਮੀਟਿੰਗ ਸਾਰੀ ਇਕੱਠੀ ਹੋਈ ਸੀਗੀ, ਮੈਂ ਵੀ ਪਾਸ ਕਰਨ ਨੂੰ ਫਿਰਦਾ, ਕੋਈ ਚੱਕਰ ਨਹੀਂ। ਅਸੀਂ ਦੇਖੋ ਜੀ ਕੰਮ ਤਾਂ ਜਿਹੜੇ ਹੋਈਏ ਕਈ ਹੋਈ ਹੁਣ, ਪਹਿਲਾਂ ਸੀਵਰੇਜ ਸਾਡੇ ਪੈਸੇ ਲੈ ਕੇ 6-7 ਕਰੋੜ ਵੀ ਲਿਜਾ ਵੀ ਚੁੱਕੇ, ਮਸ਼ੀਨਾਂ ਲੈ ਕੇ ਦਿੱਤੀਆਂ ਉਹਨਾਂ ਨੂੰ, ਹੁਣ ਕੰਮ ਤਾਂ ਉਹਨਾਂ ਨੇ ਕਰਨਾ। ਉਹ ਸਾਡੇ ਕੋਲ ਜਿੰਨਾ ਫੰਡ ਪਿਆ ਸੀ ਇਹ ਤਾਂ ਕਹਿੰਦੇ ਇਹੀ ਆਈ ਆ ਉਹ, ਪਰ ਲੇਕਿਨ ਉਹ ਟਾਈਪ ਫੰਡ ਸਾਡੇ ਕੋਲ 8 ਕਰੋੜ ਰੁਪਇਆ ਸੀ। ਕੰਮ ਤਾਂ ਹੁਣ ਜਦੋਂ ਦੇਖੋ ਸਰਕਾਰ ਨੇ ਕਰਨੇ, ਸਾਡੇ ਕੋਲੋਂ ਜਿਹੜਾ ਕੰਮ, ਮੈਂ ਤਾਂ ਹਾਜ਼ਰ ਹਾਂ ਜੀ। ਸਰਕਾਰ ਕਹੇ ਟੈਂਡਰ ਲਾਉਣ, ਆਹ ਵੀ ਟੈਂਡਰ ਲਾ ਸਕਿਆ ਨਾ, ਹਾਂ ਮੈਂ ਕਹਿੰਦਾ ਅਸੀਂ ਤਾਂ ਲਾਏ, 2-3 ਵਾਰੀ ਕੈਂਸਲ ਹੋ ਗਏ ਜੀ। ਇਹ ਸਾਨੂੰ ਪੁੱਛੋ ਸੀਵਰੇਜ ਵਾਟਰ ਦੀ ਤਾਂ ਉਹ ਅਲੱਗ ਇਸ਼ੂ ਹੈ ਜੀ, ਇਸ ਤਰ੍ਹਾਂ ਉਹਨਾਂ ਨੂੰ ਪੈਸੇ ਦੇ ਸਕਦੇ ਆ ਜਿੰਨੇ ਸਾਡੇ ਕੋਲ, ਸਾਡੇ ਕੋਲ ਪਹਿਲਾਂ 6 ਕਰੋੜ ਰੁਪਏ ਇੱਕ ਪਹਿਲਾਂ ਦਿੱਤਾ, ਮਸ਼ੀਨਾਂ ਲੈ ਕੇ ਦਿੱਤੀਆਂ ਉਹਨੂੰ, ਉਹਨਾਂ ਨੇ ਹੋਰ ਬਣਾ ਕੇ ਭੇਜਤਾ, ਉਸ ਜਿੰਨਾ ਸਾਡੇ ਕੋਲ ਉਹਨਾਂ ਪਿਆ ਟਾਈਮ ਬਣਾ ਸੀ ਉਹਨਾਂ ਦੇਣ ਨੂੰ ਤਿਆਰ ਹਾਂ, ਅਸੀਂ ਉਹ ਇੰਨਾ ਪਿਆ ਦੇ ਦਾਂਗੇ, ਕੋਈ ਗੱਲ ਨਹੀਂ, ਕੰਮ ਕਰਾ ਲੈਣ, ਸਾਨੂੰ ਕੋਈ ਤਰਾਜ ਨਹੀਂ, ਮੈਨੂੰ ਕੋਈ ਤਰਾਜ ਨਹੀਂ। ਪ੍ਰਸ਼ਾਸਨ ਨੂੰ ਕਹਿੰਦੇ ਤੁਸੀਂ ਕੰਮ ਆਪ ਨਾ, ਸਾਡੇ ਤੋਂ ਪੈਸਾ ਪੇਮੈਂਟ ਜਿੰਨੀ ਭੇਜਦੇ ਨੂੰ ਤਿਆਰ, ਕੋਈ ਚੱਕਰ ਨਹੀਂ, ਅਸੀਂ ਕੰਮ ਸਾਰੇ ਕਰਾਉਣ ਨੂੰ, ਸਾਰੇ ਐਮਸੀ ਦੇ ਕੰਮ ਕਰਨ ਨੂੰ ਤਿਆਰ ਹਾਂ। ਹੁਣ ਆ ਕੰਮ ਦੇਖੋ, ਜਦੋਂ ਪਹਿਲਾਂ ਮੀਟਿੰਗ ਹੋਈ 31-31 ਐਮਸੀ ਦੀ, ਡੀ ਸਾਹਿਬ ਕੋਲ ਮੀਟਿੰਗ ਹੋਈ ਆ, ਸਭ ਨੇ ਕਿਹਾ ਕੰਮ ਪਾ ਦਿਉ, ਅਸੀਂ ਇਹਨਾਂ ਨੇ ਪਾ ਤੇ। ਹੁਣ ਕੰਮ ਕਰਨ ਤੋਂ ਬਾਅਦ ਉਹਨਾਂ ਦੇ ਐਸਟੀਮੇਟ ਆ ਗਏ, ਸਭ ਐਮਸੀਆਂ ਸਭ ਨੇ ਪਬਲਿਕ ਹੈਲਥ ਨੂੰ ਕਹਿਤਾ, ਉਹ ਇੱਥੇ ਆ ਗਏ। ਹੁਣ ਉਸ ਤੋਂ ਬਾਅਦ ਕੱਟੇ ਗਏ, ਕਿਹਨੇ ਕੱਟੇ ਆ ਉਹ ਹੁਣ ਅਸੀਂ ਕਹਿ ਨਹੀਂ ਸਕਦੇ। ਕੱਟੇ ਗਏ ਕੀ ਪਰ ਜਿਹੜੀ ਨਵੀਂ ਮੀਟਿੰਗ ਕੱਟਣੀ ਸੀ ਉਹਨੂੰ ਐਸ ਐਮ ਸੀ ਸਾਹਿਬ ਨੂੰ ਕਿਉਂ ਨਹੀਂ ਸੱਦਿਆ ਗਿਆ, ਕਿਹੜੀ ਜਿਹੜੀ ਨਵੀਂ ਹੁਣ
ਨਵੀਂ ਮੀਟਰ ਰੱਖਾਂ ਮੇਰੀ, ਜੇ ਉਹ ਕੰਮ ਉੱਥੋਂ ਪਾਸ ਹੋਣਗੇ ਫਿਰ ਰੱਖਾਂ, ਜੇ ਅਮਰੀਸ਼ ਕੰਮ ਹੀ ਨਹੀਂ ਪਾਸ ਫਿਰ ਮੀਟਰ ਕਿਸ ਕੋਲ ਰੱਖੀ ਹੈ? ਪਲੀਜ਼ ਮੈਨੂੰ ਪਹਿਲਾਂ ਗੱਲ ਕਰ ਲੈਂਦੋ। ਦੂਜੀ ਗੱਲ ਹੈ ਵੀ ਕੱਲ ਸੁਣ ਲਓ ਜੀ, ਕੱਲ ਦੇਖੋ ਬਾਬਾ ਜੀ ਨੂੰ ਸੁਨੇਹਾ ਲੱਗਿਆ, ਜਦੋਂ ਨੂੰ ਸੁਨੇਹਾ ਲੱਗਿਆ, ਕਈ ਸਾਰੇ ਅਮਰੀਸ਼ ਸੁਨੇਹਾ ਵੀ ਲੱਭੇ, ਆਪਾਂ ਬੈਠੀਏ ਆਪਣੇ ਕੰਮ ਹੀ ਕੱਟੇ ਗਏ ਤੇ ਕੱਲ ਚਲੋ ਇਹਨਾਂ ਕੰਮ ਪੈ ਗਿਆ ਨਹੀਂ ਆ ਗਿਆ, ਅਸੀਂ ਐਸੀ ਵੀ ਮੀਟਰ ਕਰਨੀ, ਉਦੋਂ ਬਾਅਦ ਤਾਂ ਵੀ ਅਗਲੀ ਮੀਟਰ ਰੱਖਾਂਗੇ ਆਪਾਂ, ਜੇ ਆਪਾਂ ਆਪਾਂ ਆਪ ਸਹਿਮਤੀ ਹੋਵੇ। ਕੱਲ ਚਲੋ ਬਾਬਾ ਜੀ ਬਾਹਰ ਗਏ ਸੀ, ਮੇਰਾ ਬਰਾੜ ਸਰ ਨਹੀਂ, ਬਰਾੜ ਜੀ ਬਾਹਰ ਗਏ ਸੀ, ਉਹ ਯਾਰ ਕਮਾਲ ਹੁਣ ਜਿਹਦੇ ਗਰੁੱਪ ਆ, ਜੇ ਬਾਬਾ ਜੀ ਦੇ ਸਾਹਿਬ ਚਲੋ ਸੀਨੀਅਰ ਹੈਗੇ, ਇਹਨਾਂ ਨੂੰ ਹੈਗੇ, ਇਹਨਾਂ ਨੂੰ ਕਿਹਾ ਵੀ ਅਗਿਆਨ ਕਰ ਦਿਓ ਹੁਣ, ਇਕੱਤੀ ਵਾਲਾ ਸ਼ਨੀ ਬਰਾੜ ਜੀ ਨੂੰ ਕਿੱਦਾਂ ਕੰਮ ਸਰ? ਨਹੀਂ ਨਹੀਂ ਗਰੁੱਪਾਂ 'ਚ ਕੰਮ ਨਹੀਂ ਗੱਲ, ਮਤਲਬ ਕਿ ਸਾਰਾ ਹੋ ਗਿਆ, ਜਿਵੇਂ ਦਾਦੀ ਨੂੰ ਵੀ ਕਹਿਤਾ ਸੀਗਾ, ਉਦੋਂ ਮੈਂ ਜਿੱਤੇ ਨੂੰ ਕਿਹਾ, ਸ਼ਨੀ ਬਰਾੜ ਨੇ ਵੀ ਗੱਲ ਕੀਤੀ ਹੁਣ ਸਮਝ ਕਹਿਤਾ। ਅਸੀਂ ਕਹੀਏ ਉੱਥੋਂ ਤਾਂ ਬਣ ਕੇ ਆ ਗਿਆ, ਹੁਣ ਉਹ ਦੁਬਾਰਾ ਲਿਸਟ ਡੀ ਸਾਹਿਬ ਨੇ ਮੰਗਾ ਲਈ, ਜਾਂ ਜੇ ਉਹਨਾਂ ਨੇ ਕੱਟ ਕੇ ਦੁਬਾਰਾ ਭੇਜ ਦਿਓ ਸਾਨੂੰ, ਹਾਂ ਦੱਸੋ ਮੈਂ 40 ਮੁੱਦੇ ਮੁੱਦੇ ਦੱਸੋ, ਕਿਹਦਾ ਮੋਬਾਈਲ ਨਹੀਂ ਚੱਕ, ਕਿਹਦੇ ਨਾਲ ਗੱਲ ਨਹੀਂ ਕੀਤੀ, ਸਮਝ ਨਹੀਂ, ਜਿਹੜਾ ਮੋਬਾਈਲ 'ਤੇ ਕੋਈ ਗਲਤ ਕਰੂਗਾ ਉਹਨਾਂ ਮੋਬਾਈਲ ਨਾ ਮੈਂ ਚੱਕਾਂ ਨਾ ਕਾਲੇ ਚੱਕਾਂ, ਬੋਲਣ ਦੇਖੋ ਬੋਲਣ ਦਾ ਢੰਗ। ਚਲੋ ਕਈ ਤੇ ਇਹਨਾਂ ਨੇ ਕੈਂਸਲ ਕਰਤੇ, ਜਿਹੜਾ ਚੱਕ ਰਾਮਨਗਰ ਦਾ ਖਾਲਸਾ ਸੀ ਓਪਨ ਟ੍ਰੇਨ, ਉਦੋਂ ਦਾ ਪਾਸ ਹੈ, ਇਹਨਾਂ ਨੇ ਮਤੇ ਵੀ ਉੱਤੋਂ ਕਲੀਅਰ ਹੋ ਕੇ ਆ ਕੇ ਟੈਂਡਰ ਨਹੀਂ। ਰੀਜ਼ਨ ਕੀ ਲੱਗਦਾ, ਕਾਰਨ ਕੀ ਲੱਗਦਾ ਹੈਗਾ, ਔਰ ਹੜਤਾਲ ਕਿੰਦੇ ਖਿਲਾਫ ਹੈਗੀ? ਹੜਤਾਲ ਮੇਰੀ ਕਿਸੇ ਦੇ ਖਿਲਾਫ ਹੀ ਨਹੀਂ, ਆਉਂ ਆ ਵੀ ਮੇਰੇ ਕੰਮ ਟੈਂਡਰ ਲਾਉਣ, ਕਿਉਂਕਿ ਇੱਕ ਨੂੰ ਪੁੱਛੀ ਤਾਂ ਉਹ ਦੂਜੇ 'ਤੇ ਸੱਟ ਦਿੰਦਾ, ਗੱਲ ਉਹ ਦੂਜੇ ਨੂੰ ਪੁੱਛੀ ਤਾਂ ਉਹਨੂੰ ਗਲਤ ਕਹਿ ਦਿੰਦਾ, ਆਪਾਂ ਨੂੰ ਤਾਂ ਕੰਮ ਨਾਲ ਆ ਵੀ ਮੇਰੇ ਵਾਰਡ 'ਤੇ ਟੈਂਡਰ ਲਾਉਣ। ਤੁਸੀਂ ਇਲੈਕਸ਼ਨ ਕਾਂਗਰਸ ਵੱਲੋਂ ਜਿੱਤੇ ਹੋ, ਪ੍ਰਧਾਨ ਕਾਂਗਰਸ ਦਾ, ਇਸ ਦੇ ਬਾਵਜੂਦ ਵੀ ਕੰਮ ਨਹੀਂ ਹੋ ਰਹੇ, ਕੀ ਕਾਰਨ ਲੱਗਦਾ ਹੈਗਾ? ਇਹਦਾ ਜੀ ਇਉਂ ਹੈ, ਜਦੋਂ ਸਰਕਾਰ ਸੀ ਕਾਂਗਰਸ, ਆਹ ਮੇਰੇ ਨਾਲ ਮੱਲਿਆਂ ਨੇ ਬੈਠੇ ਆ, ਇਹਨਾਂ ਨੂੰ ਉਦੋਂ ਕਾਂਗਰਸ ਸਰਕਾਰ ਵੀ ਨਹੀਂ ਲੈ ਕੇ ਧਰਨਾ ਦਿੱਤਾ ਸੀ ਵੀ ਮੇਰੇ ਕੰਮ ਨਹੀਂ ਪਾਏ ਗਏ, ਹਲਕਾ ਇੰਚਾਰਜ ਨੂੰ ਵੀ ਕਿਹਾ, ਜ਼ਿਲ੍ਹਾ ਪ੍ਰਧਾਨ ਨੂੰ ਵੀ ਕਿਹਾ, ਪਰ ਨਗਰ ਕੌਂਸਲ 'ਚ ਕੋਈ ਉਹਦੀ ਸੁਣੀ ਨਹੀਂ ਗਈ। ਠੀਕ ਹੈ ਜੀ, ਉਦੋਂ ਵੀ ਧਰਨੇ ਦਿੱਤੇ, ਉਦੋਂ ਬਾਅਦ ਲਗਾਤਾਰ ਆਹੀ ਚੱਲੇ ਆਉਂਦੇ ਆ, ਤਾਂ ਮੇਰਾ ਅਸਤੀਫਾ ਦੇਣ ਲਈ ਕਾਂਗਰਸ ਤੋਂ ਕਾਰਨ ਇਹ ਸੀ ਕਿ ਮੇਰੇ ਮਹੱਲੇ 'ਤੇ ਕੰਮ ਨਹੀਂ ਪਏ ਅਤੇ ਮੈਂ ਅਸਤੀਫਾ ਦਊਂ। 1.5 ਸਾਲ ਹੋ ਗਿਆ ਮੈਨੂੰ ਕਾਂਗਰਸ ਤੋਂ ਅਸਤੀਫਾ ਦਿੱਤੇ, ਅਤੇ ਮਹੱਲੇ ਵਾਲਿਆਂ ਨੂੰ ਵਾਅਦਾ ਸੀ ਕਿ ਜਿੰਨਾ ਚਿਰ ਤੁਹਾਡੇ ਕੰਮ ਨਹੀਂ ਹੁੰਦੇ ਮੈਂ ਤੁਹਾਨੂੰ ਵੋਟ ਕਹਿ ਨਹੀਂ ਹੁੰਦਾ। ਹੁਣ ਕੀ ਅਗਲਾ ਐਕਸ਼ਨ ਕੀ ਹੈਗਾ? ਅਗਲਾ ਐਕਸ਼ਨ ਆਈ ਇਹਦੀ ਭੁੱਖ ਹੜਤਾਲ ਉੱਤੇ ਤਾਂ ਕੁਛ ਨਹੀਂ, ਇਹੀ ਹੈ ਜਿੰਨਾ ਚਿਰ ਉਹ ਟੈਂਡਰ ਨਹੀਂ ਲਾਉਂਦੇ ਉਨ੍ਹਾਂ ਚਿਰ ਬੈਠ। ਕੋਈ ਨਾਲ ਹੋਰ ਵੀ ਸਪੋਰਟ ਕਰ ਰਹੇ ਨੇ ਕੋਈ? ਉਹ ਕੌਂਸਲ ਸਾਂਝਾ ਹੀ ਜੀ, ਕੌਂਸਲ ਮੇਰੇ ਨਾਲ ਜਿਹੜੇ 11 ਜਣਿਆਂ ਨੇ ਅਸਤੀਫਾ ਦਿੱਤਾ ਸੀ ਉਹ ਵੀ ਨਾਲ, ਹੋਰ ਵੀ ਸ਼ਹਿਰ ਤੋਂ ਵੱਖ ਵੱਖ ਜਥੇਬੰਦੀਆਂ ਆ ਕੇ ਸਾਥ ਦੇ ਰਹੇ ਆ। ਬਠਿੰਡਾ ਰੋਡ 'ਤੇ ਵੀ ਟੱਪਦੇ ਹੀ, ਉੱਥੋਂ ਮੈਨੂੰ ਲੱਗਦਾ ਆਫੀਸਰ ਸਾਰੇ ਹੀ ਟੱਪਦੇ ਆ, ਉਦੋਂ ਮਾੜਾ ਹਾਲ ਸ਼ਹਿਰ 'ਚ ਕਿਤੇ ਨਹੀਂ। ਆਫੀਸਰਸ ਨਾਲ ਗੱਲ ਹੋਈ, ਉਹ ਕੀ ਕਹਿੰਦੇ ਨੇ? ਆਫੀਸਰਸ ਨਾਲ ਹਜੇ ਇਸ ਮਾਮਲੇ 'ਤੇ ਕੋਈ ਗੱਲ ਨਹੀਂ ਹੋਈ, ਪਹਿਲਾਂ ਹੁੰਦੀ ਰਹੀ ਹੈ, ਕਿਉਂਕਿ ਮੇਰੀਆਂ ਪੁਰਾਣੀਆਂ ਵੀਡੀਓ ਚੱਕ ਨਾ, ਹਰੇਕ ਮੀਟਿੰਗ ਦੇ ਵਿੱਚ ਮੇਰਾ ਚੱਕ ਰਾਮਨਗਰ ਅਤੇ ਬੂਟਾ ਗਿੱਲ ਧਾਨੀ ਨੂੰ ਦੀ ਗੱਲ ਛੇੜੀ ਹੈ, ਮੇਰੇ ਹਿਸਾਬ ਨਾਲ ਸਾਰੇ ਸ਼ਹਿਰ ਨੂੰ ਨਾ ਹੀ ਯਾਦ ਹੋ ਗਿਆ ਚੱਕ ਰਾਮਨਗਰ ਦਾ ਅਤੇ ਬੂਟਾ ਗਿੱਲ ਧਾਨੀ ਦਾ, ਅਤੇ ਪਰ ਇਹਨਾਂ ਨੇ ਕੋਈ ਉਹਦਾ ਹੱਲ ਨਹੀਂ ਕੀਤਾ। ਓਕੇ।